ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਰੰਗਲੇ ਸਜਨਾ ਦੇ ਵਿੱਚੋਂ ਡਾਕਟਰ ਭਾਈ ਸਾਹਿਬ ਭਾਈ ਬਸੰਤ ਸਿੰਘ ਜੀ ਜਿਨ੍ਹਾਂ ਦੇ ਆਪਣੇ ਜੀਵਨ ਦਰਸ਼ਨਾਂ ਦੀ ਬਹੁਤ ਵੱਧ ਪੁੱਤਰ ਕਟਨਾਮਾ ਦੀ ਜੇਕਰ ਸਾਨੂੰ ਆਪ ਸੰਗਤਾਂ ਦੇ ਵਿੱਚੋਂ ਪ੍ਰਾਪਤ ਹੁੰਦੇ ਆ ਅੱਜ ਉਹਨਾਂ ਦੇ ਜੀਵਨ ਦੀ ਕੁਝ ਕੁ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਭਾਈ ਬਸੰਤ ਸਿੰਘ ਜੀ ਦਾ ਪਿੰਡ ਸੀਗਾ ਸ਼ੇਖਮਾ ਜਿਹੜਾ ਜ਼ਿਲ੍ਹਾ ਸਿਆਲਕੋਟ ਚ ਪੈਂਦਾ ਸੀਗਾ ਛੋਟੀ ਉਮਰ ਦੇ ਵਿੱਚ ਇਹਨਾਂ ਨੇ ਅਮਰਤਿ ਸਕਿਆ ਸੀਗਾ ਇਹਨਾਂ ਦੀ ਲਗਨ ਗੁਰਸਿੱਖੀ ਦੇ ਬਧਿ ਜਿਆਦਾ ਹੋਣ ਕਰਕੇ ਇਹਨਾਂ ਦਾ ਹਰ ਟਾਈਮ ਜਿਹੜਾ ਧਿਆਨ ਸੀਗਾ ਨਾ ਇਹ ਭਜਨ ਸਿਮਰਨ ਵੱਲ ਲੱਗਾ ਰਹਿੰਦਾ ਸੀਗਾ ਖਾਸ ਕਰਕੇ ਇਹਨਾਂ ਦਾ ਆਉਣਾ ਜਾਣਾ ਉਹਨਾਂ ਸਮੇਂ ਦੇ ਵਿੱਚ ਲਾਇਲਪੁਰ ਸਾਫ ਸੀਗਾ ਤੇ ਇਸ ਆਉਣ ਜਾਣ ਕਰਕੇ ਇਹਨਾਂ ਨੇ ਭਾਈ ਸਾਹਿਬ ਭਾਈ ਰੰਤીર ਸਿੰਘ ਦੇ ਜਥੇ ਦੀ ਬੜੀ ਸਖਤ ਸੁਣੀ ਸੀ ਉਹਨਾਂ ਸਮਿਆਂ ਦੇ ਵਿੱਚ ਤੇ ਅੰਦਰੋਂ ਅੰਦਰ ਹੀ ਇਹਨਾਂ ਦਾ ਫਿਰ ਗੂੜਾ ਪਿਆਰ ਹੋ ਗਿਆ ਸੀਗਾ ਪਰ ਜਦੋਂ 1923 ਦੇ ਵਿੱਚ ਦਰਬਾਰ ਸਾਹਿਬ ਸਰੋਵਰ ਦੀ ਜਦਕਾਰ ਸੇਵਾ ਹੋਈ ਸੀ ਉੱਥੇ ਸੰਗਤਾਂ ਦਾ ਬੜਾ ਭਾਰੀ ਇਕੱਠ ਹੋਇਆ ਸੀਗਾ ਤੇ ਇਸ ਇਕੱਠ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਫਿਰ ਭਾਈ ਆਤਮਾ ਸਿੰਘ ਜਿਹੜੇ ਅਰਦਾਸੀਏ ਸਿੰਘ ਸੀਗੇ ਮੋਗੇ ਵਾਲੇ ਉਨਾ ਨਹੀਂ ਜਦ ਜਿੰਨੇ ਵੀ ਉਹਨਾਂ ਸਮੇਂ ਦੇ ਵਿੱਚ ਜੇਲ੍ਹਾਂਾਂ ਦੇ ਵਿੱਚ ਸਿੰਘ ਡੱਕੇ ਹੋਏ ਸੀ ਉਹਨਾਂ ਦਾ ਨਾਂ ਲੈ ਲੈ ਕੇ ਅਰਦਾਸ ਕੀਤੀ ਤੇ ਉਸ ਟਾਈਮ ਦੱਸਦੇ ਆ ਕਿ ਭਾਈ ਆਤਮਾ ਸਿੰਘ ਮੋਗੇ ਵਾਲੇ ਤੇ ਉਹਨਾਂ ਦੀ ਜਿਹੜੀ ਪਤਨੀ ਸੀਗੀ ਉਹ ਵੀ ਉਥੇ ਕਾਰ ਸੇਵਾ 'ਚ ਪਹੁੰਚੇ ਹੋਏ ਸੀ ਜਦੋਂ ਭਾਈ ਸਾਹਿਬ ਦਾ ਨਾਂ ਅਰਦਾਸ ਵਿੱਚ ਆਇਆ ਹਨਾ ਤੇ ਫਿਰ ਭਾਈ ਬਸੰਤ ਸਿੰਘ ਇਹ ਨਾਂ ਸੁਣਦੇ ਸਾਰ ਹੀ ਮੂਰਛਤ ਹੋ ਕੇ ਡਿੱਗ ਪਏ ਸੀ ਜਦ ਮੂਰਛ ਹੋ ਕੇ ਡਿੱਗੇ ਸਕੇ ਬਸ ਉਸ ਤੋਂ ਬਾਅਦ ਫਿਰ ਪਤਾ ਲੱਗ ਗਿਆ ਕਿ ਭਾਈ ਸਾਹਿਬ ਭਾਈ ਬਸੰਤ ਸਿੰਘ ਹੁਣਾਂ ਦਾ ਆਪਣੇ ਗੁਰਸਿੱਖਾਂ ਦੇ ਨਾਲ ਕਿੰਨਾ ਭਾਰਾ ਪਿਆਰ ਹੈ ਪਰ ਜਦ ਅਰਦਾਸ ਦੀ ਸਮਾਪਤੀ ਹੋਈ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਸਾਵਧਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਫਿਰ ਜਦੋਂ ਇਹ ਜਿਹੜਾ ਹੈ ਨਾ ਜਥਾ ਜੇਲ੍ਹਾਂ ਦੇ ਵਿੱਚ ਕੈਦ ਹੋਇਆ ਸੀ ਜਦ ਇਹਦੀ ਬਦਲੀ ਨਾਗਪੁਰ ਤੋਂ ਸੈਂਟਰਲ ਜੇਲ੍ਹ ਲਾਹੌਰ ਚ ਹੋਈ ਸੀ ਤਾਂ ਫਿਰ ਭਾਈ ਸਾਹਿਬ ਭਾਈ ਬਸੰਤ ਸਿੰਘ ਹੁਣਾਂ ਦੇ ਮਨ ਦੇ ਵਿੱਚ ਬੜਾ ਚਾਅ ਸੀਗਾ ਤੇ ਇਹਨਾਂ ਨੇ ਚਿਤ ਕਰ ਸੀਗਾ ਕਿ ਮੈਂ ਇਸ ਜੇਲ੍ਹ ਤੇ ਤੇ ਹਮਲਾ ਕਰਕੇ ਤੇ ਭਾਈ ਸਾਹਿਬ ਹੁਣਾਂ ਦੇ ਜਿੰਨੇ ਵੀ ਸੰਗਤ ਸਾਥੀ ਹੈ ਇਹਨਾਂ ਨੂੰ ਛਡਾਲ ਮਾ ਪਰ ਉਸ ਟਾਈਮ ਉੱਥੇ ਨਾ ਲੱਗੇ ਇਕ ਕਾਲੀ ਤੇ ਕਾਂਗਰਸ ਇਹਨਾਂ ਜਥੇਬੰਦੀਆਂ ਦਾ ਉਹਨਾਂ ਸਮਿਆਂ ਦੇ ਵਿੱਚ ਦੇਸ਼ ਦੀ ਆਜ਼ਾਦੀ ਲਈ ਬੜਾ ਜੋਸ਼ ਸੀਗਾ ਤੇ ਇਸ ਜੋਸ਼ ਦੇ ਵਿੱਚ ਭਾਈ ਸਾਹਿਬ ਉਹਨਾਂ ਨੇ ਤਕਰੀਰ ਕੀਤੀ ਸੀਗੀ ਜਾਂ ਦੇਸ਼ ਦੀ ਆਜ਼ਾਦੀ ਦੀ ਤਕਰੀਰ ਕੀਤੀ ਸੀਗੀ ਤੇ ਇਸ ਤਕਰੀਰ ਦੇ ਬਦਲੇ ਪੁਲਿਸ ਨੇ ਫੜ ਕੇ ਇਹਨਾਂ ਨੂੰ 6 ਮਹੀਨੇ ਜੇਲ੍ਹ ਦੇ ਵਿੱਚ ਡੱਕ ਦਿੱਤਾ ਸੀਗਾ ਜਦ ਇਹ ਜੇਲ੍ਹ 'ਚ ਡੱਕੇ ਗਏ ਉਸ ਤੋਂ ਬਾਅਦ ਲਾਹੌਰ ਸੈਂਟਰਲ ਜੇਲ੍ਹ ਦੇ ਵਿੱਚ ਹੀ ਭਾਈ ਸਾਹਿਬ ਡਾਕਟਰ ਬਸੰਤ ਸਿੰਘ ਉਹਨਾਂ ਦਾ ਜਿਵੇਂ ਜਿਹੜੇ ਸਿੰਘਾਂ ਦੇ ਨਾਲ ਮੁਲਾਪ ਹੋਇਆ ਸੀਗਾ ਤੇ ਇਹ ਢੰਗ ਕਰਦੇ ਫਿਰ ਭਾਈਸਾਹਬ ਭਾਈ ਰਣਜੀਤ ਸਿੰਘ ਉਹਨਾਂ ਦੇ ਪੈਰਾਂ ਤੇ ਡਿੱਗ ਗਏ ਸੀਗੇ ਜਦੋਂ ਉੱਥੇ ਪੈਰਾਂ ਤੇ ਡਿੱਗੇ ਸੀਗੇ ਤਾਂ ਪਹਿਲਾਂ ਤਾਂ ਸਾਰੇ ਹੈਰਾਨ ਹੋ ਕੇ ਇਹ ਕੌਣ ਆ ਪਰ ਫਿਰ ਪਤਾ ਲੱਗਿਆ ਵੀ ਨਹੀਂ ਇਹ ਉਹੀ ਸਿੰਘ ਹੈਗੇ ਜਿਨ੍ਹਾਂ ਦੀ ਸਾਨੂੰ ਕਈਆਂ ਸਾਲਾਂ ਤੋਂ ਇੰਤਜ਼ਾਰ ਸੀਗੇ ਫਿਰ 1931 ਦੇ ਵਿੱਚ ਜਦ ਤਨਤਨ ਸਰੋਵਰ ਦੀ ਅਸاری ਹੋਈ ਆ ਇਹ 6 ਮਹੀਨੇ ਦੀ ਜੇਲ੍ਹ ਕੱਟ ਕੇ ਭਾਈਸਾਹਬ ਹੁਣੇ ਬਾਹਰ ਆ ਗਏ ਸੀਗੇ ਫਿਰ 1931 ਦੇ ਵਿੱਚ ਫਿਰ ਆਪਣਾ ਜਥਾ ਲੈ ਕੇ ਫਿਰ ਤਰਨਤਾਰ ਸਰੋਵਰ ਦੀ ਹਾਜ਼ਰੀ ਦੇ ਵਿੱਚ ਇਹਨੀ ਆਪਣੀ ਸੇਵਾ ਜਿਹੜੀ ਸੀ ਉਹ ਕੀਤੀ ਸੀ ਇਸ ਸਰੋਵਰ ਦੀ ਕਾਰ ਸੇਵਾ ਸਭ ਸਮੇਂ ਫਿਰ ਦੁਬਾਰਾ ਜਿਹੜੀ ਸੀ ਇਹ ਮਿਲਣੀ ਹੋਈ ਸੀ ਜਾਂ ਦੁਬਾਰਾ ਮਿਲਣੀ ਹੋਈ ਸੀ ਤੇ ਇਸ ਮਿਲਣੀ ਦੇ ਵਿੱਚ ਫਿਰ ਇਹਨਾਂ ਦੇ ਮਾਤਾ ਪਿਤਾ ਹੋਣਾ ਨੇ ਵੀ ਅਮਰ ਸ਼ਕ ਲੈ ਲਿਆ ਸੀ ਕਿਉਂਕਿ ਡਾਕਟਰ ਬਸੰਤ ਸਿੰਘ ਹੋਣਾ ਦਾ ਸਿੱਖੀ ਦੇ ਪ੍ਰਤੀ ਪ੍ਰੇਮ ਦੇ ਕੇ ਇਹਨਾਂ ਦੇ ਮਾਤਾ ਪਿਤਾ ਨੇ ਇਹਨਾਂ ਦੀ ਜਿਹੜੀ ਕੁਟਿਆ ਸੀਗੀ ਖੇਤ 'ਚ ਬਣਾਤੀ ਤੇ ਜੋ ਖੇਤ 'ਚ ਕੁਟਿਆ ਪਣੀ ਆ ਬਸ ਇੱਕ ਆਂਗਰ ਤੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਭਜਨ ਸਬਨ ਗੀਤਾ ਜਿਸ ਕਰਕੇ ਫਿਰ ਡਾਕਟਰ ਬਸੰਤ ਸਿੰਘ ਦੀ ਥਾਂ ਤੇ ਸੰਗਤ ਇਹਨਾਂ ਨੂੰ ਸੰਤ ਬਸੰਤ ਸਿੰਘ ਜੀ ਕਹਿਣ ਲੱਗ ਪਈ ਸੀ ਇਹ ਪਹਿਲਾਂ ਆਪਣਾ ਕੁਟਿਆ ਬਣੀ ਸੀ ਹੌਲੀ ਹੌਲੀ ਇਹ ਕੁਟਿਆ ਡੇਰੇ ਵਿੱਚ ਤਬਦੀਲ ਹੋ ਗਈ ਤੇ ਸੰਗਤਾਂ ਦਾ ਆਉਣਾ ਜਾਣਾ ਇੱਥੇ ਹੋ ਗਿਆ ਤੇ ਇੱਥੇ ਇਹ ਹਰ ਟਾਈਮ ਜਿਹੜਾ ਉਹ ਲੰਗਰ ਲੱਗਾ ਰਹਿੰਦਾ ਸੀਗਾ ਤੇ ਡਾਕਟਰ ਬਸੰਤ ਸਿੰਘ ਹੁਣਾਂ ਦੀ ਜਿਹੜੀ ਇੱਕ ਪਰਜਾਈ ਜਿਹਦਾ ਨਾਂ ਸੀ ਬੀਬੀ ਪ੍ਰੀਤਮ ਕੌਰ ਇਹ ਸਾਰੇ ਇਸ ਡੇਰੇ ਦੀ ਅਗਵਾਈ ਦੇ ਵਿੱਚ ਜਿਹੜੀ ਲੰਗਰ ਦੀ ਸੇਵਾ ਨਿਭਾਉਦੇ ਹੁੰਦੇ ਸੀਗੇ ਤੇ ਇਹ ਸੇਵਾ ਜਿਹੜੀ ਸੀਗੀ ਇਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਫਿਰ ਸੰਗਤਾਂ ਜਿਹੜੀਆਂ ਸੀਗੀਆਂ ਉਹਨੀਆਂ ਤੇ ਸ਼ਾਹ ਹੁੰਦੀਆਂ ਸੀ ਕਿ ਕਿ ਇਹਨਾਂ ਦੀ ਪਰਜਾਈ ਬੀਬੀ ਪ੍ਰੀਤਮ ਕੌਰ ਦੇ ਦੇ ਗੁਣ ਗਾਉਂਦੀਆਂ ਨਹੀਂ ਸੀ ਥੱਕਦੀਆਂ ਫਿਰ ਘਰ ਕੀ ਹੋਇਆ ਸੀ ਜਦ 1947 ਦੇ ਰੋਲੇ ਪਏ ਆ ਉਸ ਟਾਈਮ ਇੱਕ ਵੱਡਾ ਕੱਲੂਕਾਰਾ ਹੋਇਆ ਮੁਸਲਮ ਲੀਗ ਪਾਕਿਸਤਾਨ ਦਾ। ਤੋਂ ਉਸ ਟਾਈਮ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਕਿਉਂਕਿ ਭਾਈ ਸਾਹਿਬ ਹੁਣ ਦਾ ਜਿਹੜਾ ਪਰਿਵਾਰ ਸੁਦਾ ਰਹਿੰਦਾ ਸੀਗਾ ਇਸ ਕਰਕੇ ਜਥੇ ਨੇ ਕਿਹਾ ਕਿ ਇਹ ਜਿਹੜਾ ਵੱਡਾ ਕੱਲੂਕਾਰਾ ਹੈਗਾ ਸ਼ੁਰੂ ਹੋ ਗਿਆ ਤੁਸੀਂ ਆਪਣੇ ਪਰਿਵਾਰ ਨੂੰ ਬਚਾਓ। ਜਦੋਂ ਭਾਈ ਸਾਹਿਬ ਹੁਣੀ ਯੱਕ ਦਮ ਜਦ ਉੱਥੇ ਪਹੁੰਚਣ ਲੱਗੇ ਸੀਗੇ ਤੇ ਉਸ ਟਾਈਮ ਕੀ ਹੋਇਆ ਸੀਗਾ ਕਿ ਨਨਾਰੋਵਾਲ ਦੀ ਸੰਗਤ ਦੇ ਤਕਰੀਬਨ 60000 ਗੁਰਸਿੱਖ ਪਰਿਵਾਰ ਜਿਹੜੇ ਸੀਗੇ ਉਹ ਉੱਥੋਂ ਪਾਕਿਸਤਾਨ ਤੋਂ ਚੱਲ ਕੇ ਆਦ ਇਧਰ ਪੰਜਾਬ ਨੂੰ ਆ ਰਹੇ ਸੀ ਪਰ ਉਹਨਾਂ ਨੂੰ ਰਸਤਾ ਨਹੀਂ ਸੀ ਪਤਾ ਕਿ ਅਸੀਂ ਕਿੱਧਰ ਦੇ ਜਾਣਾ ਕਿੱਧਰ ਦੇ ਆਉਣਾ ਕੋਈ ਉਹਨਾਂ ਦੀ ਅਗਵਾਹੀ ਕਰਨ ਵਾਲਾ ਨਹੀਂ ਸੀ ਪਰ ਉਸ ਟਾਈਮ ਸੰਤ ਬਸੰਤ ਸਿੰਘ ਉਹਨਾਂ ਨੇ 60000 ਪਰਿਵਾਰ ਦੀ ਜਿਹੜੀ ਅਗਵਾਹੀ ਕਰਕੇ ਇਹਨਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਸੀਗਾ ਪਰ ਆਪਣੇ ਪਰਿਵਾਰ ਦੀ ਜਿਹੜੀ ਪਰਵਾਹ ਨਹੀਂ ਸੀ ਕੀਤੀ ਜਿਹਦੇ ਕਰਕੇ ਗਏ ਸੀਗੇ ਜਿਸ ਕਰਕੇ 60000 ਸਿੱਖ ਪਰਿਵਾਰਾਂ ਨੂੰ ਬਚਾਉਂਦੇ ਹੋਏ ਇਹਨਾਂ ਦਾ ਪਰਿਵਾਰ ਜਿਹੜਾ ਸੀਗਾ ਉਹ ਸਾਰਾ ਉੱਥੇ ਫੇਰ ਸ਼ਹੀਦ ਹੋ ਗਿਆ ਸੀਗਾ ਸੋ ਇਸ ਤਰ੍ਹਾਂ ਇਹ ਭਾਈ ਸਾਹਿਬ ਉਹਨਾਂ ਦੀ ਜਿਹੜੀ ਇੱਕ ਬਹੁਤ ਵੱਡੀ ਅਨਥਕ ਸੇਵਾ ਹੈਗੀ ਆ ਕਿ ਇਸ ਅਨਥਕ ਸੇਵਾ ਦੇ ਕਰਕੇ ਇਹਨਾਂ ਦਾ ਪ੍ਰੇਮ ਪਿਆਰ ਇਹਨਾਂ ਉਜਾਗਰ ਹੋਇਆ ਸਿਕਾ ਕਿ ਇਹਨਾਂ ਦੇ ਮੂੰਹ ਤੇ ਹਰ ਟਾਈਮ ਇਹੋ ਹੀ ਪੰਕਤੀ ਰਹੀ ਰਹਿੰਦੀ ਸੀ ਕਿ ਕਬੀਰ ਮੋਹਿ ਮਰਨੇ ਕਾ ਜਾਓ ਹੈ ਮਰੋ ਤੋ ਹਰ ਕੇ ਦਵਾਰ ਮਤ ਹਰ ਪੂਸ਼ ਕੌਣ ਹੈ ਪਰਾ ਹਮਾਰੇ ਬਾਸ ਫੇ ਇੱਕ ਵਾਰ ਦੀ ਇਹਨਾਂ ਦੀ ਘਟਨਾ ਜਿਹੜੀ ਆ ਉਹਦਾ ਜ਼ਿਕਰ ਦੱਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਪਸਾਬ ਹੁਣੀ ਅਕਸਰ ਹਨ ਜਥੇ ਦੇ ਸੰਗਤਾਂ ਕਸ਼ਮੀਰ ਜਾਂਦੇ ਹੁੰਦੇ ਸੀਗੇ ਇਸ ਤੈਨਾ ਸ਼ਰੀ ਨਗਰ ਤੇ ਬਾਰਾ ਮੂਲੇ ਦੇ ਵਿਚਕਾਰ ਇੱਕ ਜਗ੍ਹਾ ਹੈਗੀ ਆ ਜਿਸ ਨੂੰ ਹੈਡ ਵਰਕਰਸ ਕਹਿੰਦੇ ਆ ਤੇ ਇਸ ਜਗ੍ਹਾ ਦੇ ਲਾਗੇ ਇੱਕ ਊਰੀ ਦਾ ਅਧਿਆਸੋ ਗੁਰਦੁਆਰਾ ਸਾਹਿਬ ਆ ਇਸ ਗੁਰਦੁਆਰੇ ਦੇ ਸਾਹਬ ਦੇ ਬਾਹਰਲੇ ਪਾਸੇ ਜਿਹੜੇ ਹਨ ਪਹਾੜਾਂ ਦੇ ਪੱਥਰ ਪਏ ਆ ਬੜੇ ਉੱਚੇ ਉੱਚੇ ਗੱਡੇ ਹੋਏ ਤੇ ਇਹ ਇਹਨਾਂ ਪੱਥਰਾਂ ਉੱਤੇ ਬੈਠ ਕੇ ਹਨ ਰਾਤ ਨੂੰ ਸਾਰੀ ਰਾਤ ਬੈਠ ਕੇ ਭਜਨ ਸਿਮਰਨ ਕਰਦੇ ਹੁੰਦੇ ਸੀ ਪਰ ਆਲੇ ਦੁਆਲੇ ਪਿੰਡਾਂ ਦੇ ਵਿੱਚ ਇਹ ਗੱਲ ਜੋਰਾਂ ਤੇ ਸੀਗੀ ਕਿ ਇਸ ਗੁਰਦੁਆਰੇ ਦੇ ਜਦੀਕ ਬੱਬਰ ਸ਼ੇਰ ਆਉਂਦਾ ਹੈਗਾ ਤੇ ਜਿਸ ਕਰਕੇ ਇਸ ਗੁਰਦੁਆਰੇ ਦੇ ਵਿੱਚ ਰਾਤ ਨੂੰ ਕੋਈ ਠਹਿਰ ਨਹੀਂ ਸਕਦਾ ਨਾ ਇਹਨਾਂ ਅਸਥਾਨਾਂ ਦੇ ਉੱਤੇ ਕੋਈ ਭਜਨ ਸਿਮਰਨ ਕਰ ਸਕਦਾ ਪਰ ਭਾਈ ਸਾਹਿਬ ਦੀ ਦੇਖੋ ਨੀ ਧੜਕ ਦਲੇਰੀ ਇਹ ਜਦ ਵੀ ਜਾਂਦੇ ਸੀ ਕਿ ਉਹਨਾਂ ਪੱਥਰਾਂ ਤੇ ਬੈਠ ਕੇ ਸਾਰੀ ਰਾਤ ਉਸ ਜੇਲ੍ਹ ਮਦਰੀਆਲ ਬਈ ਦੇਖਦੇ ਰਹਿੰਦੇ ਸੀਗੇ ਤੇ ਆਪਣਾ ਭਜਨ ਸਿਮਰਨ ਵੀ ਕਰਦੇ ਰਹਿੰਦੇ ਸੀ ਇੱਕ ਵਾਰ ਕੀ ਹੋਇਆ ਕਿ ਜਦ ਰਾਤ ਨੂੰ ਨਾ ਭਾਈ ਸਾਹਿਬ ਹੁਣ ਸਿਮਰਨ ਕਰ ਰਹੇ ਸੀਗੇ ਇਸ ਤਰ੍ਹਾਂ ਸਿਮਰਨ ਕਰਦਿਆਂ ਕਰਦਿਆਂ ਜਦ ਮਨ ਆਤਮਾ ਆਨੰਦ ਦੀਆਂ ਓਡਾਰੀਆਂ ਲੈ ਰਿਆ ਸੀ ਅਚਨ ਚੇਤ ਉਹਦਾ ਬੱਬਰ ਸ਼ੇਰ ਸੀ ਜਿਹਦੇ ਬਾਰੇ ਬੜਾ ਰੋਲਾ ਸੀ ਭਾਈ ਸਾਹਿਬ ਦੇ ਬਿਲਕੁਲ ਸਾਹਮਣੇ ਆ ਗਿਆ ਜਦ ਸਾਹਮਣੇ ਆਇਆ ਤੇ ਭਾਈ ਸਾਹਿਬ ਨੂੰ ਪਤਾ ਨਹੀਂ ਕਿਉਂਕਿ ਭਾਈ ਸਾਹਿਬ ਤਾਂ ਸਮਾਧੀ ਸਥਿਰ ਸੀਗੇ ਪਰ ਜਿਉਂ ਹੀ ਸ਼ੇਰ ਨੇ ਇਹਨਾਂ ਨੂੰ ਦੇਖਿਆ ਤੇ ਦੇਖਦੇ ਸਾਰੇ ਬਹੁਤ ਦੇਣੀ ਧੜਕ ਮਾਰੀ ਜਦ ਬਹੁਤ ਵੱਡੀ ਬੁੱਭ ਮਾਰੀ ਆ ਤੇ ਉਹਦੀ ਆਵਾਜ਼ ਗਰਜਮੀ ਸੁਣ ਕੇ ਤੇ ਭਾਈ ਸਾਹਿਬ ਜੀ ਦੀ ਜਿਹੜੀ ਸਮਾਧੀ ਸੀਗੀ ਉਹ ਖੁੱਲ ਗਈ ਜਦੋਂ ਸੁਮਾਦੀ ਖੋਲੀ ਤੇ ਭਾਈ ਸਾਹਿਬ ਨੇ ਕੀ ਦੇਖਿਆ ਕਿ ਇਹਦੇ ਸਾਹਮਣੇ ਬਿਲਕੁਲ ਨਜ਼ਦੀਕ ਬੱਬਰ ਸ਼ੇਰ ਖੜਾ ਹੈਗਾ ਤੇ ਇਹਨਾਂ ਨੂੰ ਪੂਰੀ ਤਰ੍ਹਾਂ ਘੂਰ ਰਿਹਾ ਹੈਗਾ ਜੋ ਹਾਂ ਹੀ ਭਾਈ ਸਾਹਿਬ ਨੇ ਰਾਤ ਨੂੰ ਬੱਬਰ ਸ਼ੇਰ ਦੇਖਿਆ ਤੇ ਮਨ ਵਿੱਚ ਆਇਆ ਵੀ ਭਾਈ ਇਹ ਬੱਬਰ ਸ਼ੇਰ ਹੈ ਤੇ ਕੁਝ ਵੀ ਕਰ ਸਕਦਾ ਹੈ ਕਿਉਂਕਿ ਬੱਬਰ ਸ਼ੇਰ ਦਾ ਸੁਭਾਅ ਹੈਗਾ ਦਇਆਹੀਣ ਇਹਦੇ ਅੰਦਰ ਦਇਆ ਨਹੀਂ ਹੁੰਦੀ ਸੋ ਇਸ ਕਰਕੇ ਜਦੋਂ ਨੇ ਦੁਬਾਰਾ ਦੋ ਤਿੰਨ ਵਾਰੀ ਬੜਕ ਮਾਰੀ ਤੇ ਉਹਦੀ ਬੜ ਕਿੰਨੀ ਭਿਆਨਕ ਸੀ ਕਿ ਭਾਈ ਸਾਹਿਬ ਕਹਿੰਦੇ ਸੀਗੇ ਕਿ ਸਾਡਾ ਜਿਹੜਾ ਹੈ ਨਾ ਸਰੀਰ ਹੈਗਾ ਉਹ ਵੀ ਖੱਲਣ ਲੱਗ ਪਿਆ ਸੀ ਜਦ ਕਹਿੰਦੇ ਉਹਦੀ ਬੜਕਣਾ ਸਿਰ ਹਿੱਲਿਆ ਹਿੱਲਦੇ ਸਾਰੇ ਕੰਦੇ ਅੰਦਰ ਖਿਆਲ ਆਇਆ ਵੀ ਭਾਈ ਤੂੰ ਆਹ ਸ਼ਬਦ ਦਾ ਜਾਪ ਕਰ ਕਹਿੰਦੇ ਅਸੀਂ ਉਸ ਟਾਈਮ ਫਿਰ ਤਾਤੀ ਬਹੁ ਨ ਲੱਗੀ ਪਾਰ ਬ੍ਰह्म ਸਰਨਾਈ ਤੋ ਗਿਰਦ ਹਮਾਰੇ RAM ਕਰ ਦੁੱਖ ਲੱਗੇ ਨਾ ਭਾਈ ਇਹ ਸ਼ਬਦ ਜਿਹੜਾ ਸਗਾ ਬੜੇ ਸਦਕ ਦੇ ਨਾਲ ਪੜਿਆ ਜਦ ਸਦਕ ਦੇ ਨਾਲ ਪੜਿਆ ਤੇ ਉਸੇ ਟਾਈਮ ਇੱਕਦਮ ਬੜਾ ਭਰੀ ਪ੍ਰਕਾਸ਼ ਤੇ ਉਹ ਪ੍ਰਕਾਸ਼ ਚ ਅਸੀਂ ਕੀ ਤੱਕਿਆ ਕਿ ਮੇਰੇ ਚਾਰੇ ਪਾਸੇ ਇੱਕ ਲੋਹੇ ਦੀ ਦਵਾਰ ਬਣ ਗਈ ਸੀ ਇੱਕ ਲੋਹੇ ਦਾ ਬਹੁਤ ਵੱਡਾ ਪਿੰਜਰਾ ਦੀਵਾਰ ਬਣ ਗਈ ਸੀ ਇਹ ਜਦੋਂ ਲੋਹੇ ਦਾ ਪਿੰਜਰਾ ਬਣਿਆ ਸੀਗਾ ਭਜਨ ਕਰਦਿਆਂ ਦੇ ਟਾਈਮ ਉਸ ਟਾਈਮ ਤੇ ਭਾਈ ਸਾਹਿਬ ਹੁਣੇ ਦੱਸਦੇ ਸੀਗੇ ਕਿ ਉਹ ਜਿਹੜਾ ਬੱਬਰ ਸ਼ੇਗਾ ਬਾਰ-ਬਾਰ ਕਹਿੰਦੇ ਪਿੰਜਰੇ ਦੇ ਵਿੱਚ ਛਾਲਾ ਮਾਰਿਆ ਸੀਗਾ ਪਰ ਲੋਹੇ ਦੀ ਦੀਵਾਰ ਮੋਰੇ ਹੋਣ ਕਰਕੇ ਉਹ ਪਿਛਲ ਖੂੜੀ ਦੁਬਾਰਾ ਦੁਬਾਰਾ ਡਿੱਗ ਰਿਹਾ ਸੀਗਾ ਕਹਿੰਦੇ ਉਹਨੇ 5-7 ਬੜੀ ਬੜੇ ਹੀ ਗੁੱਸੇ ਦੇ ਵਿੱਚ ਕਹਿੰਦੇ ਮੇਰੇ ਤੇ ਅਟੈਕ ਕੀਤੀ ਪਰ ਜਦ ਵੀ ਅਟੈਕ ਕਰਦਾ ਸੀਗਾ ਤਾਂ ਉਸ ਟਾਈਮ ਮੋਰੇ ਜਿਹੜੀ ਲੋਹੇ ਦੀ ਦੀਵਾਰ ਪਿੰਜਰਾ ਸੀਗਾ ਉਹਦੇ ਵਿੱਚ ਵੱਜ ਕੇ ਪਿੱਛੇ ਨੂੰ ਡਿੱਗਦਾ ਸੀਗਾ ਅਖੀਰ ਕਹਿੰਦੇ ਵੀ ਉਹ ਸ਼ੇਰ ਦਾ ਜਿਹੜਾ ਜ਼ੋਰ ਨਹੀਂ ਚੱਲਿਆ ਤਾਂ ਉਸ ਤੋਂ ਬਾਅਦ ਉਹ ਸ਼ੇਰ ਜਿਹੜਾ ਸੀਗਾ ਫਿਰ ਬਾਅਦਸ ਉੱਥੋਂ ਚਲੇ ਗਿਆ ਜਦ ਕਹਿੰਦੇ ਜ਼ਖਮੀ ਹੋ ਕੇ ਵਾਪਸ ਉੱਥੋਂ ਗਿਆ ਅਚਨ ਚੇਤ ਭਾਈ ਸਾਹਿਬ ਦੱਸਦੇ ਆ ਕਿ ਇਸੇ ਹੀ ਘਟਨਾ ਤੋਂ ਬਾਅਦ ਦੂਸਰਾ ਕੋਤਕੇ ਹੋਇਆ ਕਿ ਇਸ ਕੋਤਕ ਦੇ ਵਿੱਚ 6ਵੇਂ ਪਾਸ਼ੇ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿੰਦੇ ਮੈਨੂੰ ਘੋੜੇ ਤੇ ਪ੍ਰਤੱਖ ਦਰਸ਼ਨ ਦਿੱਤੇ ਜਦ ਕਹਿੰਦੇ ਪ੍ਰਤੱਖ ਦਰਸ਼ਨ ਦਿੱਤੇ ਆ ਬਸ ਫੇਰ ਕੀ ਸੀ ਫਿਰ ਤਾਂ ਕਹਿੰਦੇ ਵੀ ਅੰਦਰੋਂ ਦਿਲ ਬਾਗੋ ਬਾਗ ਹੋ ਗਿਆ ਅਸੀਂ ਕਹਿੰਦੇ ਨਿਹਾਲ ਹੋ ਗਏ ਕਿੰਦੇ ਸੇਮੀ ਪਾਛੇ ਮਾਰੇ ਖੜੇ ਆ ਮੇਰੇ ਆਲ ਦੇਖ ਕੇ ਮੁਸਕਰਾ ਰਹਿਆ ਤੇ ਬਸ ਕਹਿੰਦੇ ਫੇ ਮੇਰਾ ਚਿਤ ਕਰਦਾ ਸੀਗਾ ਕਿ ਬਸ ਹੁਣ ਮੈਂ ਇਸੇ ਹੀ ਦੁਨੀਆ ਦੇ ਵਿੱਚ ਗਵਾ ਜਾਮ ਜਿਆਦੇ ਦੇ ਕਹਿੰਦੇ ਪ੍ਰਤੱਖ ਮੈਨੂੰ ਇਸ ਘਟਨਾ ਤੋਂ ਬਾਅਦ ਦਰਸ਼ਨ ਹੋਏ ਸੀ ਉਸ ਤੋਂ ਬਾਅਦ ਕਹਿੰਦੇ ਵੀ ਉਹ ਵੀ ਜਿਹੜੇ ਦਰਸ਼ਨ ਸਗੇ ਹਨ ਉਹ ਲੋਪ ਹੋ ਗਏ ਜਦ ਕਹਿੰਦੇ ਲੋਪ ਹੋ ਗਏ ਇਹਨਾਂ ਲੋਪ ਹੋਏ ਦਰਸ਼ਨਾਂ ਤੋਂ ਬਾਅਦ ਫੇ ਭਾਈ ਸਾਹਿਬ ਕਹਿੰਦੇ ਸੀਗੇ ਕਿ ਕਈ ਤਰ੍ਹਾਂ ਦੇ ਜਿਹੜੇ ਗੁਪਤ ਖਜ਼ਾਨੇ ਸਗੇ ਉਹ ਕਹਿੰਦੇ ਫੇ ਮੈਨੂੰ ਹੀਰੇ ਜਵਾਹਰਾ ਦੇ ਕਹਿੰਦੇ ਦਿਖਾਈ ਦਿੱਤੇ ਇਹਨਾਂ ਗੁਪਤ ਖਜ਼ਾਨਿਆਂ ਦੇ ਵਿੱਚ ਕਹਿੰਦੇ ਵੀ ਜੋ ਵੀ ਰਾਜ ਛਿਪੇ ਸਗੇ ਕਹਿੰਦੇ ਵੀ ਉਹ ਇਹ ਹੀ ਸੀ ਕਿ ਜਦੋਂ ਵੀ ਸਮਾਂ ਆਊਗਾ ਇਹ ਗੁਪਤ ਖਜ਼ਾਨਿਆਂ ਦੇ ਪੰਡਾਰ ਜਿਹੜੇ ਦਸ਼ਮੇਸ਼ ਪਿਤਾ ਦੇ ਖਾਸੇ ਖੋਲਣਗੇ ਤੇ ਜਦ ਖੋਲਣਗੇ ਤਾਂ ਫਿਰ ਕਹਿੰਦੇ ਵੀ ਇਹ ਉਹ ਸਮੇਂ ਦੇ ਵਿੱਚ ਇਹ ਖਜ਼ਾਨਾ ਜਿਹੜਾ ਹੈਗਾ ਇਹ ਫਿਰ ਖਾਸੇ ਰਾਜ ਦਾ ਮੇਨ ਖਜ਼ਾਨਾ ਹੋਵੇਗਾ ਸੋ ਕਹਿਣ ਤੋਂ ਭਾਵੇਂ ਆ ਕਿ ਭਾਈ ਸਾਹਿਬ ਜੀ ਹੁਣ ਦੇ ਜੀਵਨ ਦੇ ਵਿੱਚ ਜੋ ਉਹਨਾਂ ਦੀਆਂ ਵੱਡਮੁੱਲੀਆਂ ਸੁਭਾਅ માં ਸਿੱਖੀ ਦੇ ਪ੍ਰਤੀ ਪ੍ਰੇਮ ਪਿਆਰ ਆਪਣਾ ਪਰਿਵਾਰ ਸ਼ਹੀਦ ਹੁੰਦੇ ਹੋਏ ਵੀ ਦੂਸਰੇ ਗੁਰਸਿੱਖਾਂ ਦੀ ਮਦਦ ਦੇ ਵਾਸਤੇ ਦਿਨ ਰਾਤ ਇੱਕ ਕਰ ਦੇਣਾ ਤੇ ਗੁਰਸਿੱਖੀ ਲਈ ਪਰਪੱਕ ਹੋ ਜਾਣਾ ਆਪਣਾ ਮਨ ਤਨ ਧਨ ਸਭ ਸਿੱਖੀ ਲਈ ਕੁਰਬਾਨ ਕਰ ਦੇਣਾ ਇਹ ਡਾਕਟਰ ਭਾਈ ਸਾਹਿਬ ਭਾਈ ਬਸੰਤ ਸਿੰਘ ਜਿਹਨਾਂ ਨੂੰ ਸੰਤ ਬਸੰਤ ਸਿੰਘ ਕਰਕੇ ਸੰਗਤ ਅੱਜ ਵੀ ਯਾਦ ਕਰਦੀ ਆ ਇਹ ਸਾਰੀ ਉਹਨਾਂ ਦੇ ਜੀਵਨ ਦੀ ਇਸ ਸਿੱਖੀ ਦੇ ਪ੍ਰਤੀ ਅਮੁੱਲ ਦੇਣ ਹੈਗੀ ਅਥਾ ਦੇਣ ਹੈਗੀ ਸੋ ਇਹਨਾਂ ਦੀ ਇਸ ਅਥਾ ਦੇਣ ਕਰਕੇ ਸੰਗਤਾਂ ਜਿਹੜੀਆਂ ਇਹਨਾਂ ਨੂੰ ਅਜੇ ਵੀ ਯਾਦ ਕਰਦੀਆਂ ਹੈ ਤੇ ਇਹਨਾਂ ਦਾ ਜਦ ਅੰਤ ਸਮਾ ਆਇਆ ਸੀ ਅੰਤ ਸਮੇ 1947 ਦੇ ਵਿੱਚ ਇਹਨਾਂ ਦੀ ਚਾਹਤ ਸੀਗੀ ਕਿ ਮੈਂ ਜਥੇ ਦੇ ਜਿਹੜੇ ਸਿੰਘ ਉਹਨਾਂ ਦੇ ਵਿੱਚ ਸਰੀਰ ਛੱਡਾਂ ਸੋ ਫਿਰ ਉਸ ਟਾਈਮ 1947 ਦੇ ਵਿੱਚ ਫਿਰ ਇਹਨਾਂ ਨੇ ਕੁਮਾਰ ਦੀ ਹੱਟੀ ਦੇ ਨਜ਼ਦੀਕ ਜਿਹੜਾ ਸੀਗਾ ਉਹ ਫਿਰ ਸਰੀਰ ਛੱਡਿਆ ਸੀਗਾ ਜਥੇ ਦੀ ਹਾਜ਼ਰੀ ਦੇ ਵਿੱਚ ਯਾ ਦੇ ਸੰਗਾ ਦੀ ਹਾਜ਼ਰੀ ਸਰੀਰ ਛੱਡਿਆ ਸੀਗਾ ਤੇ ਫਿਰ ਇਹ ਆਪ ਸਤਖੰਡ ਚਲੇ ਗਿਆ ਸੀਗੇ ਸੋ ਭਾਈ ਸਾਹਿਬ ਜੀ ਦੇ ਬਿਲਕੁਲ ਸੰਖੇਪ ਜੀਵਨ ਦੀ ਇੰਨੀ ਹੀ ਬਾਰਤਾ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਦਾਸ ਖਿਮਾ ਦਾ ਜਾਜਕ ਵਾ ਜੀ ਹੋਈਆਂ ਬਿਆੰਤ ਭੁੱਲਣ ਚੁੱਕਾਂ ਦੀ ਖਿਮਾ ਬਖਸ਼ਣੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ